बिस्मिल्लाहिर्रहमानिर्रहीम, अस्सलामुअलैकुम प्यारे दोस्तों, मेरा नाम है आतिक शहजाद, आप देख रहे हो जानी बेस्ट चैनल। 4 अक्टूबर 2024 दिन जुमातुल मुबारक दा रेगुलर बेसिस दी लास्ट वीडियो हुंदी है बट्टी डेयरी फार्म। बट्टी डेयरी फार्म दोस्तों जी सरगोधा शहर दा वाइड फार्म है माशाल्लाह जी, जिहदे उत्ते एट अ टाइम 50+ एनिमल्स फॉर सेल खलोता हुंदा, 60, 70, 75, 80, 85, 100, 100, 150 जानवर इस फार्म दे उत्ते असीं फॉर सेल लाए। अज लोकेशन एक वारी फिर तो दस दें, कई भाई नूं पता है, कोई दोस्त भाई नए हुंदे ने कोई नए वीडियो देख रहे तो उनको बताता चलो कि सरगोधा शहर से फैसलाबाद रोड जो मेन बाईपास सरगोधा का है, बाईपास से आगे 3 किलोमीटर चलना है तो बाएं हाथ के ऊपर 103 चक जनूबी फैसलाबाद रोड। फिर से बता रहा हूँ, सरगोधा बाईपास से फैसलाबाद रोड के ऊपर 3 किलोमीटर चल के 103 चक जनूबी, और पूरे इस गांव बस्ती आबादी में एक ही फार्म है जिसे कहते हैं भट्टी डेयरी। इम्पोर्टेंट आज वीडियो में हीफर्स भी हैं, नॉन प्रेगनेंट प्लस प्रेगनेंट हीफर्स की बात, वो पहले लाट आज आप दोस्तों को दिखाएंगे कि बच्चियां मिलेंगी कमाल, प्रेग्नेंट और नॉन प्रेग्नेंट। उसके अलावा मिल्किंग में फर्स्ट सेकंड लैक्टेशन क्लोज अप, फर्स्ट लैक्टेशन सेकंड, पूरी डिटेल्ड वीडियो है, एंड तक देखेंगे डिटेल लेंगे। अस्सलाम वालेकुम जी। वालेकुम सलाम। एडमन ने सर ब्लोज साहब हकनवाज ब्लोज साहब पूरे भट्टी डेयरी फार्म के एडमन ने, अस्सलाम वालेकुम सर, की हाल चाल? सेहत ठीक है ब्लोज साहब? आज हीफर्स नॉन प्रेग्नेंट, प्रेग्नेंट, मिल्किंग फर्स्ट सेकंड, बड़े खूबसूरत जी वीडियो। सब तो पहले ਮੈਂ ਉਹਨਾਂ ਬਿਰਾਵਾਂ ਦਾ ਸ਼ੁਕਰਗੁਜ਼ਾਰ ਹਾਂ ਜਿਹੜੇ ਸਾਡੇ ਮਾਣ ਵਧਾਉਣ ਦੇ ਮਾਸ਼ਾਅੱਲਾ ਸਾਡੀ ਵੀਡੀਓ ਵਿੱਚ ਨਾ ਸਭ ਬਿਰਾਵਾਂ ਦੀਆਂ ਦੁਆਵਾਂ ਨਾਲ ਕਾਮਯਾਬ ਹਾਂ। ਸਾਡਾ ਕੰਮ ਹੈ ਮਿਹਨਤ ਕਰਨੀ, ਮਿਹਨਤ ਕਰ ਰਹੇ ਹਾਂ, ਨਵੀਂ ਤੋਂ ਨਵੀਂ ਵੀਡੀਓ ਲਾ ਕੇ ਮਿਲੀਏ, ਹਰ ਵੀਡੀਓ 'ਤੇ ਨਵੇਂ ਜਾਨਵਰ, ਕੋਸ਼ਿਸ਼ ਕਰੀਦੀ ਅੱਛੇ ਤੋਂ ਅੱਛੇ। ਮੇਰੀ ਜ਼ਾਤੀ ਕੋਸ਼ਿਸ਼ ਹੈ, ਮੇਰਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ, ਠੀਕ ਹੈ? ਮੇਰੇ ਮਾਲ ਤੋਂ ਹਰ ਬੰਦੇ ਦਾ ਮਾਲ ਅਜ਼ੀਜ਼ ਹੈ, ਚੰਗਾ ਹੈ, ਓਕੇ। ਸਾਡਾ ਜਿਹੜਾ ਕੁਝ ਆਉਂਦਾ ਗ੍ਰਾਮਾਂ ਦੇ ਸਾਹਮਣੇ ਆਉਂਦਾ, ਸਾਡਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ, ਅਸੀਂ ਆਪਣੀ ਮਿਹਨਤ ਕਰ ਰਹੇ ਹਾਂ, ਇਹ ਕਾਰੋਬਾਰ ਦਾ ਸਿਲਸਿਲਾ ਹੈ, ਗ੍ਰਾਮਾਂ ਦਾ ਸ਼ੌਕ ਪੂਰਾ ਕਰ, ਆਪਣੀ ਕੋਸ਼ਿਸ਼ ਕਰ ਜੀ। ਹਾਂ, ਸਾਡੀ ਕੋਸ਼ਿਸ਼ ਕਿਸੇ ਦੀ ਦਿਲ ਆਜ਼ਾਰੀ ਨਾ ਹੋਵੇ, ਕਿਸੇ ਨਾਲ ਜ਼ਿਆਦਤੀ ਨਾ ਹੋਵੇ, ਮੈਂ ਹਰ ਵੀਡੀਓ ਦੱਸਣਾ ਮੁਸਲਸਲ ਦੱਸਣਾ, ਮੇਰੀ ਹਰ ਜਦੋਂ ਮੈਨੂੰ ਵੀਡੀਓ ਲੱਗਦੀ ਹੈ ਭੱਟੀ ਡੇਰੀ 'ਤੇ ਮੁਸਲਸਲ, ਭਾਈ ਆਪ ਨਾ ਡਾਕਟਰ ਨਾਲ ਲਾਓ, ਫਾਰਮ ਦਾ ਵਿਜ਼ਿਟ ਕਰੋ, ਜਿਹੜਾ ਕੋਈ ਦੱਸਾਂਗੇ ਇਨਸ਼ਾਅੱਲਾ ਪੂਰਾ ਕਰਕੇ ਤੁਹਾਨੂੰ ਦੇਵਾਂਗੇ। ਜ਼ਿੰਦਾਬਾਦ। ਠੀਕ ਹੋ ਗਿਆ, ਅਤੇ ਵੀਡੀਓ ਬੜੀ ਖਾਸ ਹੈ, ਐਂਡ 'ਤੇ ਪੈਕੇਜ ਵੀ ਇਹ ਵੇਖਣੀ ਹੈ, ਡਾਕਟਰ ਪਾਸ ਵੀ ਮਿਲਣਗੇ ਭਾਈ, ਹਰ ਚੀਜ਼ ਦੀ ਜੋ ਬੋਲਾਂਗਾ ਦੱਸਾਂਗਾ, ਉਹ ਪੂਰਾ ਕਰਾਂਗਾ। ਡਨ ਹੋ ਗਿਆ ਜੀ, ਵੀਡੀਓ ਐਂਡ ਤੱਕ ਦੇਖੇ, ਚੈਨਲ ਪਰ ਨਿਓ ਸਬਸਕ੍ਰਾਈਬ ਕਰਕੇ ਬੈਲ ਕੇ ਬਟਨ ਦਬਾਏ, ਚਲਦਾ ਪਹਿਲਾ ਨੰਬਰ ਕੀ ਖੂਬਸੂਰਤ ਲੌਟ ਕੇ। مزید اس طرح کی ویڈیو دیکھنے کے لیے ہمارے جانی بیس چینل کو سبسکرائب کریں اور بیل آئیکن کو پریس کریں تاکہ مزید اس طرح کی ویڈیو کی نوٹیفیکیشن آپ کو ٹائم پر ملتی رہے۔ بسم اللہ الرحمن الرحیم دوستو، یہ آج کی جو پہلی لاٹ لگا رہے ہیں وہ ہے ہیفرز کی لاٹ، اور ہیفرز آپ دوستوں کے سامنے حضرات گلے شلے چیک کریں، بچیوں کے پاس ماشاءاللہ جی کیٹیگری ہے، مکمل پیڈیگری ہیفرز ہے، اور امریکن بھی دستیاب ہے، چیک کرو ایک بڑی بچی۔ آج بلوچ نے ماشاءاللہ جی بھٹی ڈیری میں کوئی پھر تو ਇੰਝ ਸਮਝੋਗੇ ਉਸ ਰਾਤ ਲੈ ਕੇ ਆਉਂਦਾ ਤਰੱਕੀਆਂ ਵਾਲੀ ਰਾਤ ਨੂੰ ਆਉਂਦੇ ਨੇ ਮਾਸ਼ਾ ਜੀ, ਅੱਛੀ ਤੋਂ ਅੱਛੀ ਬਲੱਡ ਲਾਈਨ ਲੈ ਕੇ ਆਉਂਦਾ, ਔਰ ਕੁਆਲਿਟੀ ਵੇਖੋ ਜੀ, ਇੰਨੇ ਇਹਦੇ ਹੀਰੇ ਨੇ ਤੁਹਾਡੇ ਸਾਹਮਣੇ ਨੇ, ਇੱਕ ਇੱਕ ਬੱਚੀ ਕੋਲ ਵੇਖੋ ਕੈਸੀ ਮਾਸ਼ਾ ਜੀ, ਪਿਓਰ ਜੈਨੈਟਿਕ ਨੇ, ਓਰੀਜਨਲ ਚੀਜ਼ਾਂ ਨੇ, ਔਰ ਕੁਆਲਿਟੀ ਪੂਰੀਆਂ ਨੇ। ਬਲੂ ਸਾਹਿਬ ਗਾਟ ਤੋਂ ਗਾਟ ਐ ਵੇਖੋ, ਇਹ ਹੀਰੇ ਵੀ ਬਲੂ ਸਾਹਿਬ ਇਹਦੇ ਵੀ ਹੈ ਨਾ, ਅੱਛੀ ਗਰੋਥ ਵਾਲੀਆਂ ਵੀ ਨੇ। ਸਭ ਤੋਂ ਪਹਿਲਾ ਸਵਾਲ ਬਲੂ ਜੀ ਜਾਨੀ ਭਾਈ, ਇਹਨਾਂ 'ਚ ਕੋਈ ਬੱਚੀ ਫਰੀ ਮਾਟਨ ਤਾਂ ਨੇ? ਇਹਦਾ ਕੰਮ ਨਹੀਂ ਕੀਤਾ ਨਾ ਕਰਨਾ, ਮਾਸ਼ਾਅੱਲਾ ਮਾਸ਼ਾਅੱਲਾ। ਖੀਰੀਆਂ ਸਾਰੀਆਂ ਇਨਸ਼ਾਅੱਲਾ, ਕੋਈ ਦੋਂਦੀ ਹੋਵੇ? ਨਹੀਂ, ਸਾਡੀ ਦੁੱਧ ਦੀ ਕੋਈ ਦੋਂਦੀ ਹੋਵੇ? ਬਲੋਚ ਸਾਹਿਬ ਕਹਿੰਦਾ ਸਾਡੀ, ਪਹਿਲੇ ਇੱਕ ਵਾਰੀ ਬੱਚੀਆਂ ਵੇਖ ਲਓ, ਇੱਕ ਵਾਰੀ ਬੱਚੀਆਂ ਦੇਖੋ। ਲਾਟ ਵਿੱਚੋਂ ਇੱਕ ਮਿੰਟ ਮੇਰਾ ਸਵਾਲ ਸੁਣ ਲਵੇ, ਇਸ ਲਾਟ ਵਿੱਚੋਂ ਜਿਹੜੀ ਬੱਚੀ ਦੋਂਦੀ ਨਿਕਲਿਆ ਸੀ, ਮੇਰਾ ਵਿਰਾਜ ਇੱਥੋਂ ਟਰੈਵਲ ਕਰ ਗਿਆ ਸੀ, ਉਹਨੂੰ ਆਵਾਂ ਜਾਵਾਂ ਦਾ ਬਲੋਚ ਸਾਹਿਬ ਪੈਟਰੋਲ ਕਰ, ਉਹ ਤੇਰੀ ਹੈ, ਆਉਣ ਜਾਣ ਦਾ ਪੈਟਰੋਲ ਦੇ, ਮੇਰੀ ਵੀਡੀਓ ਯੂਟਿਊਬ ਤੇ ਲੱਗਦੀ ਦੁੱਧ ਦੀ 1155 ਟੈਗ ਦੀ ਹੈ, ਬੱਚੀ ਵੇਖ ਲਓ, ਇੱਕ ਇੱਕ ਕਰਕੇ ਬੱਚੀ ਜਾ ਰਹੀ ਹੈ, ਵੇਖਦੇ ਜਾਓ, ਇਹ ਬੱਚੀ ਵੇਖ ਲਓ ਮਾਸ਼ਾਅੱਲਾ ਜੀ, ਇਸ ਬੱਚੀ ਤੇ ਜ਼ਰਾ ਫੋਕਸ ਕਰਨਾ ਹੈ। ਇਹਦੇ ਸਿਲੈਕਸ਼ਨ ਮੌਜੂਦ ਹੈ, ਸਿੰਗਲ ਲਵੋ, ਇੱਕ ਲਵੋ, ਦੋ, ਤਿੰਨ, ਪੰਜ, ਜਿਤਨੀਆਂ ਚਾਹੀਦੀਆਂ ਨੇ।
ਲਾਟ ਪੂਰੀ ਦੀ ਪੂਰੀ ਚੁੱਕਣੇ ਵਾਲੇ ਬ੍ਰਾਹਮਣ ਨੂੰ ਵੀ ਪੂਰੀ ਲਾਟ ਮਿਲੇਗੀ। ਲੋ ਸਾਹਿਬ ਹੈਨ ਟੋਟਲ ਕਿੰਨੀਆਂ? 2, 4, 6, 8, 9 ਇਫਰਾਨ ਜੀ ਭਾਈ, ਗੱਲ ਪਿਆਰ ਦੀ ਕਰੀ ਜਾਨੀ ਭਾਈ। 7 ਮਹੀਨੇ ਤੋਂ ਲਾਇਆ ਸੀ ਨਾ ਜੀ, ਠੀਕ ਹੈ, 11 ਮਹੀਨੇ ਤੱਕ ਨਾ ਦੀ ਏਜ ਜੀ, ਪੀਡੀਗਰੀ ਰਿਕਾਰਡ ਮਿਲੇਗਾ ਭਾਈ, ਪੂਰੀ ਜਲਸ਼ਾ ਮੰਗਣ ਦੇ ਕੇ ਹਰ ਚੀਜ਼ ਮਿਲੇ, ਡਨ ਹੋ ਗਿਆ, ਡਨ ਹੋ ਗਿਆ, ਕਿਸੇ ਕਿਸਮ ਦਾ ਕਿਸੇ ਬੱਚੀ ਦੇ ਵਿੱਚ ਕੋਈ ਇਸ਼ੂ ਨਹੀਂ, ਜ਼ਿੰਦਾਬਾਦ। ਓਪਨ ਸਿਲੈਕਸ਼ਨ ਹੈ, 2,60,000 ਦਾ ਪੁੱਠਾ ਹੈ, ਨਹੀਂ ਨਹੀਂ ਭਾਈ, ਰਿਆਤ ਕਰਨੀ ਹੈ ਜਾਨੀ ਯਾਰ, ਬੱਚੀਆਂ ਤਾਂ ਵੇਖ ਲੰਮ ਸਲੰਮ ਸਾਰੀਆਂ ਲਵੇ, ਇੱਕ ਦਿਨ ਦੀ ਬੱਚੀ ਜਿਹੜੇ ਫਾਰਮ ਵਾਲੇ ਦਿੰਦੇ ਨਹੀਂ, ਕਿੰਨਾਂ ਦੀ ਸੇਲ ਹੋ ਰਹੀ ਹੈ, ਇੱਕ ਦਿਨ ਦੀ ਜਿਹੜੀ ਬੱਚੀ ਹੋਏ ਕਿੰਨਾਂ ਦੀ ਸੇਲ, ਲੱਖ ਪਲੱਸ ਹੈ, ਲੱਖ ਦੀ ਕਰ ਲਓ ਤੁਸੀਂ, ਉਹਨੂੰ 7 ਮਹੀਨੇ ਦੁੱਧ ਪਿਵਾ ਦੇ, ਤਿਆਰ ਕਰੋ, ਉਹਦਾ ਖਰਚਾ ਕਿਉਂ, ਮੇਰੇ ਪੈਸੇ ਫਾਲਤੂ ਬਣਨੇ, ਤਾਂ ਮੈਂ ਰੇਟ ਕਰਾ ਲਾ। ਅੱਛਾ ਕਿੰਨੇ ਦੀ ਹੋ ਜਾਣੀ ਇੱਥੇ ਬੱਚੀ ਦੇ, ਜਿੱਤੇ ਕੋਈ ਲਵੇ ਤੇ 2,50,000 ਦਾ ਪੁੱਠਾ, 2,50,000 ਰੁਪਏ ਦਾ ਪੁੱਠਾ ਜੇ ਤੇ ਸਿਲੈਕਸ਼ਨ ਓਪਨ ਦੀ ਜੇ ਤੇ ਐਂਡ ਜਾਈਂਦੇ ਪੀਸ ਜੇ, ਇਹ ਪੀਸ ਹੁਣ ਵੇਖੋ ਨਾ, 2,50,000 ਰੁਪਏ ਜ਼ਰੂਰ ਬਲੋਚਾ ਮੰਗ ਰਹੇ ਨੇ, ਲੇਕਿਨ ਕੁਆਲਿਟੀ ਵੀ ਦੇ ਰਹੇ ਨੇ, ਵੇਖੋ ਨਾ ਇਹ ਜਾ ਕੇ ਜਦੋਂ ਫਸਟ ਟਾਈਮਰ ਤਿਆਰ ਹੋਣੀਆਂ ਨੇ, ਉਹ ਵੀ ਸਾਡੇ ਕੋਲ ਸਲੋਤੀਆਂ ਨੇ ਜਿਹੜੀਆਂ ਗੱਭਣਾ ਨੇ, ਉਹ ਵੀ ਵਿਖਾਵਾਂਗੇ ਜਾਨੀ ਭਾਈ। ਮੇਰੀਆਂ ਬੱਚੀਆਂ ਦੇ ਵਿੱਚ ਕਿਸੇ ਕਿਸਮ ਦਾ ਕੋਈ ਕਰਾਸ ਨਹੀਂ, ਪਿਓਰ ਦੇ ਜਾਨਵਰ ਚ ਪਿਓਰ ਦਾ ਰੇਟ ਮੰਗ ਰਹੇ ਆ, ਪਿਓਰ ਚੀਜ਼ ਲਿਆਂਦੀ ਹੈ ਤੇ ਕਹਿ ਰਿਹਾ ਫਲੋਰ ਗੱਲ ਕਰ ਰਿਹਾ, ਮੈਂ ਪੂਰੀ ਕਰਕੇ ਗ੍ਰਾਉਂਡ ਨੂੰ ਦੇਵਾਂਗਾ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਅੱਛੀ ਕੈਟਾਗਰੀ ਹੈ, ਬਲੱਡ ਲਾਈਨ ਪਿਓਰ ਹੈ, ਔਰ ਸਿਲੈਕਸ਼ਨ ਓਪਨ ਦੀ ਜੇ 2,50,000 ਰੁਪਇਆ ਫੀ ਪੁੱਟਾ, ਕੋਈ ਬੱਚੀ ਭਾਈ ਇੱਕ ਲੈਣਾ ਚਾਹੇ, ਦੋ ਲੈਣਾ ਚਾਹੇ, ਸਾਰੀਆਂ ਬੱਚੀਆਂ ਮੋੜ ਮੇਰੇ ਬਿਲਾ ਨਾਲ, ਇੱਕ ਲੈਣਾ ਚਾਹੇ, ਦੋ ਲੈਣਾ ਚਾਹੇ, ਸਭ ਤੋਂ ਪਹਿਲੇ ਪਿੱਕ ਹੋਣ ਵਾਲੀ ਬੱਚੀ ਇਹ ਹੋਣੀ ਹੈ, ਇਹਦਾ ਟੈਗ ਨੰਬਰ ਵਿਛਾ ਕੇ ਯਾਦ ਰੱਖਿਓ, ਫਿਰ ਨਾ ਕਿ ਦੱਸਣ 11-61 ਟੈਗ ਨੰਬਰ, ਸਭ ਤੋਂ ਪਹਿਲੇ ਬ੍ਰਾਹਮਣ ਇਹਨੂੰ ਹੀ ਚੁੱਕਣਾ, ਔਰ ਇਹ ਵੇਖੋ 11-58 ਜਿਹੜੀ ਬੱਚੀ 'ਤੇ ਵੀ ਅਸੀਂ ਮਾਸ਼ਾ ਜੀ ਕੈਮਰਾ ਲੈ ਕੇ ਜਾਵਾਂਗੇ, ਬਰਾਤ ਦਿਲ ਕਰੇਗਾ ਕਿ ਇਹ ਪਿੱਕ ਕਰੀਏ, 2,50,000 ਨੂੰ ਫ੍ਰੀ ਜਾਨਵਰ ਜੇ ਚਲਤੇ ਲਾਟ ਨੰਬਰ 2 ਦੀ ਤਰ੍ਹਾਂ। ਲਓ ਜੀ ਚੈੱਕ ਆਊਟ ਕਰੇ ਅੱਜ ਕੀ ਵੀਡੀਓ ਕੀ, ਮਾਸ਼ਾ ਜੀ ਲਾਟ ਨੰਬਰ 2 ਮੈਂ ਆ ਚੁੱਕਿਆ, ਜੋੜਾ ਜੋ ਕਹਿੰਦੇ ਨਾ ਜੀ ਬਿਲਕੁਲ ਤਿਆਰ ਲੈਣੀਆਂ ਨੇ, ਜਾਣਿਆ ਬਿਲਕੁਲ ਰੈਡੀ ਓਮਨ, ਕੱਦ ਕਾਠ, ਹਾਈਟ ਵੇਟ, ਬੋਡੀ ਸਟਰਕਚਰ ਕਮਾਲ ਹੋਵੇ, ਜੋੜਾ ਇੱਕ ਬਲੋਚ ਕੋਲ ਉਹਨਾਂ ਬ੍ਰਾਹਮਣ ਲਈ ਵੀ ਖਲੋਤਾ, ਜਿਹੜੇ ਆਖਦੇ ਨੇ ਅਸੀਂ ਲੈਣੀ ਪਿਓਰ ਐਚ ਐਫ ਪਿਓਰ ਜੈਨੈਟਿਕ, ਚੈੱਕ ਕਰ ਬਲੋਚ ਸਾਹਿਬ ਜੀ ਜਾਨੀ ਭਾਈ, ਇਹਨਾਂ ਦਾ ਸਵਾਲ ਪਹਿਲਾਂ ਕਿ ਖੀਰੀਆਂ ਨੇ, ਦੋਂਦੀਆਂ ਨੇ, ਚੋਗੀਆਂ ਨੇ, ਜਿਹੜੀ ਆ ਖਾ ਲਈ 14 ਮਹੀਨਿਆਂ ਦੀ, ਮੂੰਹ ਚ ਖੀਰੀ ਆ, 14 ਮਹੀਨਿਆਂ ਦੀ ਬੱਚੀ ਮੇਰੇ ਕੋਲ ਰਿਕਾਰਡ ਦਾ ਮੌਜੂਦ ਹੈ ਯਾਰ, ਇਹ ਬੱਚੀ 14 ਮਹੀਨੇ ਦੀ ਯਾਰ, ਮਾਸ਼ਾਅੱਲਾ, ਇਹ ਜੇ ਚੀਜ਼ਾਂ ਜਿਨ੍ਹਾਂ ਨੇ ਜਾ ਕੇ ਬੰਨਾ 8-8-10-10 ਲੱਖ, ਉਹ ਚਿੱਟੀ 13 ਮਹੀਨਿਆਂ ਦੀ ਹੈ, 13-14 ਮਹੀਨੇ ਨੌਨ ਪ੍ਰੈਗਨੈਂਟ ਦੋਵੇਂ ਜੀ ਜੀ, ਕੱਚੀਆਂ ਖੀਰੀਆਂ ਗਾਰੰਟੀ ਨਾਲ, ਅੰਦਰ ਦੀ ਫ੍ਰੀ ਮਾਟਨ ਦੀ ਪੂਰੀ ਤੇਰੀ, ਅੱਗੇ ਗੱਲ ਮੈਂ ਕਰ ਗਿਆ ਭਾਈ, ਮਸਲਾ ਨਿਕਲਿਆ ਤਾਂ ਮੈਂ ਖਰਚਾ ਦੇਵਾਂਗਾ, ਖਰਚਾ ਨਹੀਂ ਹੋਣਾ, ਵੱਛੀ ਨਾਲ ਵੱਛੀ ਦੇਣੀ ਪੈਣੀ, ਵੱਛੀ ਨਾਲ ਵੱਛੀ ਕਰਦੇ, ਪਰ ਮੈਂ ਡਾਕਟਰ ਰਿਜੈਕਟ ਕਰਕੇ ਦੇਵੇ, ਬਲੋਚ ਸਾਹਿਬ ਅੰਦਰੋਂ ਨਹੀਂ ਠੀਕ, ਇਹਨੂੰ ਇਹ ਮਸਲਾ ਹੈ। ਲੋ ਜੀ ਡਨ ਹੋ ਗਿਆ, ਕੋਈ ਬਰਾ ਦੋਸਤ ਇਹ ਜੋੜਾ ਲੈਣਾ ਚਾਹੇ, ਮਾਸ਼ਾ ਜੀ 14 ਮਹੀਨੇ 13 ਮਹੀਨੇ ਏਜ ਜੇ, ਪਿਓਰ ਬਲੱਡ ਲਾਈਨ ਦੀ ਆ ਜੇ, ਕੱਚੀਆਂ ਖੀਰੀਆਂ ਮੂੰਹ ਚੋਂ, ਇੱਕ ਅਮੈਰੀਕਨ ਹੈ, ਇੱਕ ਐਚ ਐਫ ਏ, ਮਾਸ਼ਾਅੱਲਾ ਦਾ ਕਮੈਂਟ ਜ਼ਰੂਰ ਕਰਿਓ, ਇਹ ਜੇ ਪੂਰੀ ਗਰੋਥ ਜੇ 14 ਮਹੀਨੇ ਦੀ ਬੱਚੀ ਕੋਲ ਇਹ ਗਰੋਥ ਹੈ ਨਾ, ਮਾਸ਼ਾਅੱਲਾ, ਫਿਰ ਗਾਂ ਜਦੋਂ ਤਿਆਰ ਹੋਣੀ ਹੈ ਫਿਰ ਤੁਹਾਨੂੰ ਅਲੱਗ ਪਤਾ ਜਾਣਾ, ਬਲੋਚ ਜੀ ਜਾਨੀ ਜੋੜੇ ਦੇ ਬਾਰੇ ਸੋਚ, ਤੂੰ ਪਹਿਲੇ ਮੈਨੇ ਦੱਸ ਜਾਨਵਰ ਮੇਰੇ, ਮਾਸ਼ਾਅੱਲਾ ਯਾਰ, ਜੇ ਅਗਰ ਇਹ ਬਿਲਕੁਲ ਜਿਵੇਂ ਤਾਂ ਨਹੀਂ ਨਾ ਦੇ ਵਿੱਚ ਗਾਰੰਟੀ ਦੇ ਰਹੇ ਆ ਕਿ ਏ ਪਲੱਸ ਨੇ, ਤੇ ਇਹ ਮਾਸ਼ਾਅੱਲਾ ਜੀ ਬ੍ਰਾਹਮਣ ਲਈ ਤੋਹਫੇ ਨਹੀਂ ਜਾਨੀ ਭਾਈ, ਕੰਮ ਸਾਫ ਸੁਥਰਾ ਕਰਨਾ ਤੇ ਏ ਪਲੱਸ ਮਾਲ ਲਾਇਆ ਵੀਂਦਾ, ਅਲਹਮਦੁਲਿਲਾ, ਜ਼ਿੰਦਾਬਾਦ, ਸ਼ੌਕ ਕਰੋ ਤੇ ਸੁਥਰਾ ਕਰੋ, ਕਿੰਨੇ ਦਾ? 7,00,000 ਦਾ ਜੋੜਾ, 7,00,000 ਦਾ ਜੋੜਾ, ਜਾ ਯਾਰ ਇਸ ਤੇਰੇ ਕੋਲ ਨਹੀਂ ਛੁਡਾਉਂਦੇ ਜੀ, ਤੂੰ ਜਿਹੜੇ ਪੈਸੇ ਲਾ ਦਿੱਤੇ ਨੇ ਮਾਸ਼ਾਅੱਲਾ ਰੀਜ਼ਨੇਬਲ ਨੇ, ਬੰਦਾ ਗੱਲ ਕਰਿਆ ਵੇ ਜੀ ਜੀ, ਜੇ ਕੋਈ ਪਿਆਰ ਮੁਹੱਬਤ ਆਪਣੀ ਤਰਫੋਂ ਕੋਈ, ਅਗਰ ਮੇਰਾ ਵਿਰਾਹ ਇਕੱਠੀਆਂ ਚੁੱਕ ਲਾ, 6,00,000 ਸਿੱਧਾ ਜੋੜਾ, 6,80,000 ਦਾ ਜੋੜਾ ਜੀ, 3,40,000 ਦੀ ਆ ਮਾਸ਼ਾਅੱਲਾ, ਕੱਲੀ ਲੈਣੀ ਜੇ ਤਾਂ 3,50,000 ਦੀ, ਜੇ ਸਿਲੈਕਸ਼ਨ ਕਰ ਲਓ ਭਾਵੇਂ ਬਲੈਕ ਚੁੱਕੋ ਵਾਈਟ ਚੁੱਕੋ, 3,50,000-3,50,000, ਔਰ ਅਗਰ ਦੋਵੇਂ ਲਵੋਗੇ 3,40,000-3,40,000, ਹਰ ਤਰ੍ਹਾਂ ਦੀ ਗਰੰਟੀ ਤਸੱਲੀ, ਮੂੰਹ ਦੀਆਂ ਕੱਚੀਆਂ ਖੀਰੀਆਂ, ਅੰਦਰ ਦਾ ਹਰ ਤਰ੍ਹਾਂ ਦਾ, ਮਾਸ਼ਾਅੱਲਾ ਜੀ, ਕੋਈ ਕਿਸੇ ਦਾ ਪ੍ਰੋਬਲਮ ਹੋਵੇ ਬਲੋਚ ਆ ਜਾਣੇ, ਚਲਤੇ ਆ ਪਹਿਲੀ ਲੌਟ ਕੀ ਤਰ੍ਹਾਂ। ਲੋ ਜੀ ਦੋਸਤੋ, ਲਾਟ ਨੰਬਰ ਆ ਚੁੱਕੀ ਹੈ ਮਾਸ਼ਾ ਜੀ, ਮਿਲਕਿੰਗ ਲਾਟ, ਪਹਿਲੀ ਲਾਟ ਹਮ ਦਿਖਾ ਰਹੇ ਹਾਂ ਅੱਜ ਬਲੋਚ ਸਾਹਿਬ ਕੇ ਪਾਸ, ਤਕਰੀਬਨ ਕੋਈ 61 ਜਾਨਵਰ
ਫਾਰ ਸੇਲ ਹੈ, ਇੱਧਰ ਵੀ ਲਾਟੇ ਖੜੀਆਂ, ਵੋ ਵੀ ਦਿਖਾਣੀਆਂ, ਮਾਸ਼ਾ ਜੀ ਇਹ ਲਾਟੇ ਵੀ ਖੜੀਆਂ, ਇਹ ਵੀ ਦਿਖਾਣੀਆਂ, ਪਹਿਲੀ ਲਾਟ ਮਿਲਕਿੰਗ ਕੀ। ਲੇਕਿਨ ਅੱਜ ਬਲੋਚ ਸਾਹਿਬ ਮੇਰਾ ਇੱਕ ਸਵਾਲ ਹੈ, ਮੈਨੂੰ ਇੱਕ ਚੀਜ਼ ਨਜ਼ਰ ਆਈ, ਵੇਖੋ ਜਿਹੜੀ ਚੀਜ਼ ਨਜ਼ਰ ਆਉਣੀ ਮੈਂ ਪੁੱਛਣੀ ਜ਼ਰੂਰ ਹੈ, ਮੇਰਾ ਕੰਮ ਹੈ ਬ੍ਰਾਹਮਾਂ ਲਈ ਗੱਲ ਪੁੱਛਣਾ, ਡਿਟੇਲ ਬਕੋਲ ਮਾਲਕ ਦੇ ਬ੍ਰਾਹਮਾਂ ਤੱਕ ਪਹੁੰਚਾਉਣਾ। ਵੇਖੋ ਇਹ ਸਾਡਾ ਹੱਕ ਹੈ, ਜੋ ਤੁਸੀਂ ਦੱਸਣਾ ਉਹ ਅਸੀਂ ਆਪਣੀ ਤਰਫ ਕੋਈ ਗੱਲ ਨਹੀਂ ਕਰਨੀ। ਇਹਦੇ ਚ ਮੈਨੂੰ ਫਸਟ ਨਾਲ ਸੈਕੰਡ ਇਲੈਕਟ੍ਰੀਸ਼ਨ ਦੇ ਐਨੀਮਲਸ ਵੀ ਲੱਗੇ ਪਹਿਲੇ ਭਾਈ ਜਾਨ ਪਿੱਛੇ ਸ਼ੌਕ ਪੂਰਾ ਕਰਾ ਤਾਂ ਆਪੇ ਸਮਝ ਆ ਜਾ, ਡਿਟੇਲਾਂ ਦੇਗਾ ਪੂਰੀ ਫਿਰ ਆ ਜਾ ਮੇਰੇ ਨਾਲ ਹੀ ਆ ਜਾ। ਦੋਸਤੋ ਜੀ ਇਹਦੇ ਚ ਫਸਟ ਨਾਲ ਸੈਕੰਡ ਵੀ ਮੈਨੂੰ ਨਜ਼ਰ ਆਏ ਨੇ ਜਾਨਵਰ। ਵੇਖੋ ਗਲਤ ਗਿਆਨੀ ਦਾ ਕੋਈ ਫਾਇਦਾ ਨਹੀਂ, ਤੁਸੀਂ ਬੇਸ਼ੱਕ ਆਪਣਾ ਡਾਕਟਰ ਨਾਲ ਲਿਆਓ, ਸਾਡਾ ਮਕਸਦ ਹੈ ਜਾਨਵਰ ਨੂੰ ਵਿਖਾਉਣਾ, ਡਿਟੇਲ ਬਕੋਲ ਮਾਲਕ ਦੇਣਾ। ਫਸਟ ਇਲੈਕਟ੍ਰੀਸ਼ਨ ਜਿਹੜੀਆਂ ਨੇ ਨਜ਼ਰ ਆਉਣਗੀਆਂ, ਇਹ ਫਸਟ ਇਲੈਕਟ੍ਰੀਸ਼ਨ ਨਹੀਂ, ਅਤੇ ਇਹ ਮੈਂ ਬ੍ਰਾਹਮਣ ਨੂੰ ਦੱਸ ਰਿਹਾ ਕਿ ਫਸਟ ਇਲੈਕਟ੍ਰੀਸ਼ਨ ਨਹੀਂ ਜੀ, ਇਹ ਸਾਹਮਣੇ ਨਜ਼ਰ ਆ ਰਹੀ ਹੈ ਚੀਜ਼। ਲੋਸ਼ਨ ਸੈਕੰਡ ਹੈ, ਸੈਕੰਡ ਹੈ, ਮਾਸ਼ਾਅੱਲਾ ਇਹ ਵੀ ਸੈਕੰਡ ਹੈ, ਤੁਰੋ ਜੀ ਅੱਗੇ ਫਸਟ ਆ ਗਈ, ਫਿਰ ਮਾਸ਼ਾਅੱਲਾ ਤੁਹਾਨੂੰ ਆਪੇ ਨਜ਼ਰ ਆ ਜਾਣਗੀਆਂ ਚੀਜ਼ਾਂ, ਇਹ ਵੀ ਫਸਟ ਹੈ ਮਾਸ਼ਾਅੱਲਾ, ਜੋੜਾ ਫਸਟ ਹੈ, ਸੈਕੰਡ ਥਰਡ ਸੈਕੰਡ ਸੈਕੰਡ ਠੀਕ ਹੈ ਸੈਕੰਡ, ਕਿੰਨੇ ਜਾਨਵਰ ਨੇ, ਪੰਜ ਛੇ। ਅੱਛਾ ਬਲੋਚ ਸਾਹਿਬ ਤਕਰੀਬਨ 14 to 15 ਐਨੀਮਲਸ ਹੈ ਇਸ ਟਾਈਮ, ਫਸਟ ਅਤੇ ਸੈਕੰਡ ਲਾਟ ਮਿਕਸ ਕਰ ਦਿੱਤੀ ਆ। ਸਵਾਲ ਮੈਂ ਕੀਤਾ ਸੀ ਕਿ ਫਸਟ ਸੈਕੰਡ ਮਿਕਸ ਕਿਉਂ ਹੋਈ ਹੈ, ਉਹ ਜ਼ਰਾ ਦੱਸਿਓ, ਮਿਲਕਿੰਗ ਤਾਂ ਨੇ ਨਜ਼ਰ ਆ ਰਹੀਆਂ ਨੇ ਜਾਨਵਰ ਜਿਹੜੇ ਆ, ਫਸਟ ਸੈਕੰਡ ਮਿਕਸ ਕੀਤਾ ਨੇ 15-15 ਦਿਨ ਤੋਂ ਉੱਤੇ ਕੋਈ ਬੱਚਾ ਨਹੀਂ ਕਿਸੇ ਦਿੱਤਾ, ਜ਼ਿੰਦਾਬਾਦ, ਬਿਲਕੁਲ ਫਰੈਸ਼ ਹਨ ਔਰ ਜਾਨਵਰ ਮੇਰੇ ਦਸਤੇ ਪੈਣ ਤੋਂ ਨਜ਼ਰ ਆਉਂਦੇ ਪਏ। ਦੋ ਤੁਸੀਂ ਚੈੱਕ ਕਰੋ ਜਾਨਵਰ ਫਰੈਸ਼ ਤੇ ਲੋ ਫਰੈਸ਼ ਕਾਬ ਸੱਜਤ ਸੂਈਆਂ ਵੈੜਾ ਨਹੀਂ ਭਾਈ, ਸਾਡੇ ਕੈਮਰਾ ਜਿਹੜਾ ਨਜ਼ਰ ਆਉਂਦੇ ਜਾ ਰਿਹਾ। ਅੱਛਾ ਘੱਟ ਤੋਂ ਘੱਟ 15 ਦਿਨ, 15 ਦਿਨ ਤੋਂ ਉੱਤੇ ਕੋਈ ਨਹੀਂ ਇਸ ਲਾਟ 'ਚੋਂ, ਪੂਰੀ ਲਾਟ 'ਚੋਂ ਕੋਈ ਬੰਦਾ ਆ ਕੇ 15 ਦਿਨ ਤੋਂ ਜਾਨਵਰ ਉੱਤੇ ਬੱਚਾ ਦਿੱਤੇ ਹੋਏ, ਪੈਸੇ ਨਹੀਂ ਲੈਣੇ, ਆਪਣਾ ਡਾਕਟਰ ਨਾਲ ਲੈ ਕੇ ਆਓ, ਖਰੀ ਕਰਕੇ ਲੈ ਜਾਓ ਦੋਤੋ ਜੀ, ਖਰੀ ਕਰਕੇ ਲੈ ਜਾਓ। ਇਹ ਵੇਖੋ ਜੀ, ਮੈਂ ਅੱਗੇ ਵੀ ਕਿੰਨੀ ਵਾਰੀ ਕਿਹਾ, ਹਰ ਵੀਡੀਓ 'ਚ ਅਸੀਂ ਇਹ ਦੁਹਰਾਉਂਦੇ ਹਾਂ ਕਿ ਮੌਕਾ ਤੁਹਾਡੇ ਕੋਲ ਹੁੰਦਾ, ਮੌਕੇ 'ਤੇ ਆ ਕੇ ਆਪਣਾ ਜਾਨਵਰ ਚੈੱਕ ਕਰੋ। ਜਾਨੀ ਭਾਈ ਹਾਲੇ ਤੀਕਰ ਪੂਰੇ ਸਾਫ਼ ਨਹੀਂ ਹੋਏ, ਅੰਦਰੋਂ ਤੁਹਾਨੂੰ ਨਜ਼ਰ ਆਉਂਦੇ ਪੈਣ, ਨਾ ਨਾ ਮਾਸ਼ਾਅੱਲਾ ਸੋਹਣੀਆਂ ਨੇ। ਵੇਖੋ ਨਾ ਜੀ, ਇੱਥੇ ਜਦੋਂ ਤੁਸੀਂ ਖੁਦ ਆਓਗੇ ਤਾਂ ਜਾਨਵਰ ਵੇਖ ਕੇ ਤੁਹਾਨੂੰ ਅੰਦਾਜ਼ਾ ਹੋ ਜਾਣਾ ਕਿ ਅਸੀਂ ਕੀ ਚੀਜ਼ ਪਰਚੇਜ਼ ਕਰ ਰਹੇ ਹਾਂ। ਬਾਕੀ ਜੀਨੈਟਿਕ ਪਿਓਰ ਹੈ, ਫਸਟ ਇਲੈਕਟ੍ਰੀਸ਼ਨ ਸੈਕੰਡ ਇਲੈਕਟ੍ਰੀਸ਼ਨ ਮਿਕਸ ਨੇ। ਲੋ ਸਾਹਿਬ ਘੱਟ ਤੋਂ ਘੱਟ ਵੱਧ ਤੋਂ ਵੱਧ ਦੁੱਧ ਕਿੰਨਾ, ਜਿਹੜੀਆਂ ਫਸਟ ਟਾਈਮਰ ਇਹਨਾਂ ਮਹਿਲੇ ਦੇ ਵਿੱਚ ਇਸ ਟਾਈਮ ਬਹੁਤ ਲਸ਼ੌਲੇ 'ਚ ਮਹਿਲਾ ਉਹਨਾਂ ਦੇ ਕੋਲ ਦੁੱਧ 20 ਲੀਟਰ, ਠੀਕ ਹੈ। ਜਿਹੜੀਆਂ ਸੈਕੰਡ ਟਾਈਮਰ ਅਲਹਮਦੁਲਿਲਾਹ ਪਾਕ ਇਹਨਾਂ ਦੀ ਆਜ਼ਾਦੀ ਕਰੇ 25 ਲੀਟਰ ਤੇ ਪਹੁੰਚ ਗਈ, ਜ਼ਿੰਦਾਬਾਦ। ਫਸਟ ਕੋਲ 20, ਸੈਕੰਡ ਕੋਲ 25, ਤੇ ਆਹਿਸਤਾ ਆਹਿਸਤਾ ਵਧਣ ਗਿਆ ਕਿਉਂਕਿ 15 ਦਿਨ ਹੋਏ ਨੇ ਜੀ। ਅੱਲਾ ਕਰੇ ਅਗਲੇ 15 ਦਿਨਾਂ ਬਾਅਦ ਇਹਨਾਂ ਕੋਈ ਫੀਡ ਚੇਂਜ ਕੀਤੀ ਹੈ, ਹੁਣ ਮੌਸਮ ਚੇਂਜ ਹੋ ਰਿਹਾ, ਖੁਰਾਕ ਜੀ ਕਰ ਦਿੱਤੀ ਹੈ, ਥੋੜਾ ਹੋਣਾ ਚਾਹੀਦਾ ਨਾ ਚੇਂਜਿੰਗ ਕੀ ਮੁਹਬਤਾਂ ਨੇ ਪਹਿਲੀ ਲਾਟ ਜਾਨੀ ਭਾਈ, ਇੱਕੋ ਰੇਟ ਲਾਉਣਾ ਓਪਨ ਸਿਲੈਕਸ਼ਨ ਦੇ, 5.5 ਲੱਖ ਦਾ ਪੁੱਠਾ, 5.5 ਲੱਖ ਨੂੰ ਫਸਟ ਸੈਕੰਡ 20 to 25 ਲੀਟਰ ਜਿਹੜੀਆਂ ਫਸਟ ਨੇ ਉਹ 20 ਲੀਟਰ, ਸੈਕੰਡ ਨੇ 25 ਲੀਟਰ, ਔਰ ਐਂਜਾਈ ਦੇ ਜਾਨਵਰ ਵੀ ਖਲੋਤੇ ਨੇ ਜਿਹੜੇ ਮਾਰਕੀਟ 'ਚ 6-7 ਲੱਖ ਦੇ ਨਹੀਂ ਲੱਭਦੇ, ਅੱਜ 5.5 ਲੱਖ। ਗੱਲ ਹੋਰ ਦੱਸੀ ਵਜਾ, ਬਹੁਤ ਅਕਾਰ ਮੇਰੇ ਵਿਰਾਹ ਦੇ ਨਹੀਂ, ਬਲੋਚ ਸਾਹਿਬ ਬੱਚਿਆਂ ਨਾਲ ਰੇਟ ਲਾਇਆ ਹੈ ਬੱਚਿਆਂ ਨਾਲ ਕੋਈ ਨਹੀਂ ਗੱਲ ਓਪਨ ਦੱਸਣੀ ਇਹ ਗੱਲ ਜੀ ਪਹਿਲੀ ਲਾਟ ਦੇ ਨਾਲ ਬੱਚੇ ਕੋਈ ਨਹੀਂ ਜੇ ਗੱਲ ਬਲੋਚ ਸਾਹਿਬ ਕਹਿਣ ਕਲੀਅਰ ਦੱਸਣੀ ਹੈ ਫਿਰ ਬਾਅਦ ਦੀ ਜਵਾਬਦਾਰੀ ਮੇਰੀ ਕੋਈ ਨਹੀਂ ਕੋਈ ਭਾਈ ਸਮਝਣ ਕਿ ਬੱ
ਫਰੈਸ਼ ਮਿਲਕਿੰਗ, ਲੇਕਿਨ ਸਾਰੀ ਮਾਸ਼ਾ ਜੀ ਫਰੈਸ਼ ਹੈ, ਇਸ ਲਈ ਇਹ ਲਾਟ ਲੈ ਰੱਖੀ ਹੈ। ਇਹਨਾਂ 'ਚ ਸੈਕਿੰਡ ਟਾਈਮਰ ਆਲ ਦੀਆਂ ਆਲ ਲਾਈਆਂ ਨੇ, ਇਹਦੇ 'ਚ ਵੀ ਸੈਕਿੰਡ ਮਿਕਸ ਕੀਤੀਆਂ ਨੇ। ਇਹਨਾਂ ਨੂੰ ਅਲੈਦਾ ਕਿਉਂ ਰੱਖਿਆ ਤੇ ਉਦੋਂ ਗਾਵਾਂ ਕਿਉਂ ਕੀਤੀਆਂ ਨੇ? ਇਹ ਜਾਨਵਰ ਜਿਹੜੇ ਨਾ ਡੇਢ ਮਹੀਨੇ ਤੇ ਅਪੜ ਗਏ, ਮਹਿਲੇ ਸ਼ੈਲੇ ਸੱਟ ਗਏ, ਸਾਫ਼ ਹੋ ਗਈਆਂ, ਮਿਲਕ ਪੀਕ ਤਾਂ ਇਸ ਟਾਈਮ ਦੁੱਧ ਅਲਹਮਦੁਲਿਲਾ ਚੰਗਾ ਦੇ ਰਹੀਆਂ। ਵੇਖੋ ਬਲੋਚ ਸਾਹਿਬ ਦੀ ਗੱਲ ਮੈਂ ਇੱਥੇ ਵਾਅਦਾ ਕਰ ਰਿਹਾ, ਪਹਿਲੀ ਲਾਟ ਦੇ ਵਿੱਚ ਵੀ ਸੈਕਿੰਡ ਟਾਈਮਰਾਂ ਲਾਈਆਂ, ਲੇਕਿਨ ਉਹ ਘੱਟ ਤੋਂ ਘੱਟ ਤੇ ਵੱਧ ਤੋਂ ਵੱਧ 15 ਦਿਨ ਦੀਆਂ। ਇਹ ਜਿਹੜੀਆਂ ਨੇ ਡੇਢ ਮਹੀਨਾ ਪਲੱਸ ਹੋ ਚੁੱਕੀਆਂ ਨੇ, ਬਲੋਚ ਸਾਹਿਬ ਕਹਿ ਰਹੇ ਮੈਲਾ ਸੱਟ ਕੇ ਅੰਦਰੋਂ ਸਾਫ਼ ਹੋ ਚੁੱਕੀਆਂ,
ਇਸ ਟਾਈਮ ਮਿਲਕ ਪੀਕਦੇ ਨੇ ਔਰ ਦੁੱਧ ਦੇ ਰਹੀਆਂ ਨੇ 28-30 liter ਬੱਚੇ ਨਾਲ ਅਵੇਲੇਬਲ ਨਹੀਂ ਜੀ ਬੱਚੇ ਕੋਈ ਨਹੀਂ ਇਹਨਾਂ ਦਾ ਵੀ ਆਰਡਰ ਵਿਖਾਣਾ ਜੀ ਵੇਖੋ ਪੂਰੀ ਚੀਜ਼ ਵੇਖੋ ਬਲੋਚ ਸਾਹਿਬ ਨੇ ਗੱਲ ਬਿਲਕੁਲ ਕਲੀਅਰ ਕੀਤੀ ਹੈ ਕਿ ਜਿਹੜੀਆਂ ਗਾਵਾਂ ਵੀ ਆ ਵੇਖੋ ਸਹੀ ਦੁੱਧ ਤੇ ਨੇ ਅਸੀਂ ਉਹ ਦੱਸਣੀਆਂ ਨੇ ਹਾਲਾਂਕਿ ਵੀ ਉਹਦੇ ਮਿਕਸ ਹੋ ਸਕਦੇ ਸਨ ਲੇਕਿਨ ਇਹ ਡੇਢ ਡੇਢ ਮਹੀਨਾ ਡਿਲੀਵਰ ਹੋਇਆ ਨੂੰ ਹੋ ਚੁੱਕਿਆ ਮੈਲਾ ਸ਼ੈਲਾ ਜਾਨਵਰਾਂ ਨੇ ਛੱਡ ਦਿੱਤਾ ਔਰ ਇੱਕ ਜਰਸੀ ਨਜ਼ਰ ਆਈ ਹੈ ਬਲੋਚ ਸਭ ਤੋਂ ਪਹਿਲੇ ਕੈਮਰਾ ਉਹਦੇ 'ਤੇ ਲੈ ਕੇ ਚੈੱਕ ਕਰੋ ਜੀ ਮਾਸ਼ਾ ਬਲੋਚ ਸਾਹਿਬ ਜੀ ਜੀ ਤਿੱਲੜ ਕੋਈ ਨਹੀਂ ਇਸ ਪੂਰੀ ਲਾਰ 'ਚ ਕੋਈ ਨਹੀਂ ਇੱਧਰ ਨਾ ਕੈਮਰਾ ਘਰੇ ਸੇਲ ਹੋ ਗਈ ਅਮਾਨਤ ਕਰੀ ਮੇਰੇ ਕੋਲ ਯਾਰ ਮੈਂ ਪਹਿਲਾਂ ਪੁੱਛਣ ਲੱਗਾ ਸੀ ਨਹੀਂ ਬਾਈ ਸੇਲ ਹੋ ਗਈ ਹੈ ਬਰਾਵਾਂ ਦੀ ਅਮਾਨਤ ਮੇਰੇ ਕੋਲ ਚਲੋ ਚਲੋ ਮਾਸ਼ਾਅੱਲਾ ਕਾਫੀ ਮਿਹਰਬਾਨਾਂ ਦੇ ਫੋਨ ਆਣ ਲੇਕਿਨ ਐਂਡ ਤੇ ਸ਼ੌਕ ਹੋਇਆ ਐਂਡ ਪੈਕੇਜ ਲਵਾਵਾਂ ਤੈਨੂੰ ਪਤਾ ਜਿਹੜੀ ਤਿੱਲੜ ਹੋਣੀ ਹੈ ਮੈਂ ਤਿੱਲੜ ਦੱਸ ਕੇ ਬਰਾਵਾਂ ਨੂੰ ਵਾਧਿਆ ਪੈਕੇਜ ਲਾ ਕੇ 2.5 ਤੋਂ 3 ਲੀਟਰ ਦੁੱਧ ਨਾਲੇ ਜਾਨਵਰ ਕਿੰਨੇ ਜੀ ਆ ਮੁੱਕੇ ਦੀ ਚੁਆਈ ਓਪਨ ਸਿਲੈਕਸ਼ਨ ਹੈ ਜਾਨੀ ਬਾਈ ਠੀਕ ਹੈ ਇਹ ਜਰਸੀ ਸੇਲ ਆਊਟ ਅਜੇ ਤੱਕ ਕੋਈ ਨਹੀਂ ਹੋਈ ਇਹ ਬੈਡ ਸੇਲ ਹੋਈ ਉਹਨੂੰ ਅਲੱਗ ਛੱਡ ਦਿਓ ਬਾਕੀ ਜਾਨਵਰ ਖਾਣੇ ਆ ਫੀ ਪੁੱਠਾ ਕਿੰਨੇ ਦਾ 5,30,000 ਦਾ ਪੁੱਠਾ ਜੀ ਅਸ਼ੇਰਾ 5,30,000 ਇੱਕ ਲਵੇ ਦੋ ਲਵੇ ਪੰਜ ਲਵੇ ਦਾਲ ਸਾਰੀਆਂ ਚੁੱਕ ਲਿਓ ਲਓ ਜੀ ਸਾਰੀਆਂ ਚੁੱਕ ਲਓ ਡੇਢ ਮਹੀਨੇ ਦੀ ਕਾਵੀ ਕੋਈ ਬੈੜਾ ਬਲੋਚ ਸਾਹਿਬ ਦੇ ਕੋਲ ਹਰ ਤਰ੍ਹਾਂ ਦੇ ਪੀਡੀਗਰੀ ਰਿਕਾਰਡ ਦੇ ਨਾਲ ਮੌਜੂਦ ਨੇ ਔਰ ਅੱਜ ਦਾ ਰੇਟ ਜੇ 5,30,000 ਜੀ ਜੀ ਬਲੋਚ ਸਾਹਿਬ ਇਹ ਤਾਂ ਖੁੱਲੀ ਜਾ ਤੇ ਆ ਜਾਓ ਤਾਂ ਕਿ ਜਾਨਵਰ ਵੀ ਪੂਰੇ ਨਜ਼ਰ ਆਵਣ ਔਰ ਗੱਲ ਵੀ ਪੂਰੀ ਦੱਸੀਏ ਫਿਰ ਇਹ ਸਲਾਟ ਜੋ ਸਲਾਟ ਜਿੰਨੇ ਜਾਨਵਰ ਮੈਂ ਤੁਹਾਨੂੰ ਵਿਖਾਇਆ ਵੀਡੀਓ ਦੇ ਵਿੱਚ ਕਿਸੇ ਜਾਨਵਰ ਦਾ ਕੋਈ ਡਾਊਟ ਨਹੀਂ ਜਿਹੜੀ ਤਿੱਲੜ ਹੋਵੇਗੀ ਉਹ ਵੀਡੀਓ ਦੇ ਐਂਡ ਤੇ ਪੈਕੇਜ ਜਾਏਗੀ ਮੈਂ ਸ਼ੋ ਕਰਾਵਾਂਗਾ ਦੱਸਾਂਗਾ ਦੋ ਤੀ ਥਣਾਂ ਦੀ ਅੰਦਰ ਦੀ ਸਾਡੀ ਗਰੰਟੀ ਹੋਵੇਗੀ ਤੁਸੀਂ ਆਪਣਾ ਡਾਕਟਰ ਨਾਲ ਲੈ ਆਉਣਾ ਜਿਸ ਵਿਰਾਹ ਦਾ ਦਿਲ ਮੁਤਮਿਨ ਹੋਵੇ ਵਿਜ਼ਿਟ ਕਰਨਾ ਚਾਹੇ ਦੋ ਤਿੰਨ ਚੁਆਈਆਂ ਕਰਕੇ ਡਾਕਟਰ ਨਾਲ ਲੈ ਕੇ ਮੇਰੇ ਜਾਨਵਰ ਤਸੱਲੀ ਕਰ ਤੇ ਖਰੀਆਂ ਕਰਕੇ ਲੈ ਜਾਵੇ ਮਾਸ਼ਾਅੱਲਾ 5,30,000 ਦਾ ਪੁੱਠਾ ਓਪਨ ਸਿਲੈਕਸ਼ਨ ਹੈ ਬੱਚੇ ਨਾਲ ਕੋਈ ਨਹੀਂ ਬੱਚੇ ਨਾਲ ਕੋਈ 5,30,000 ਓਪਨ ਸਿਲੈਕਸ਼ਨ ਕੋਈ ਇੱਕ ਲਵੇ ਦੋ ਲਵੇ ਜਾਂ ਸਾਰੀਆਂ ਲਵੇ ਚਲਤਾ ਲਾਰਡ ਨੰਬਰ 3 ਦੀ ਦੋਤੋ ਜੀ ਲਾਰਡ ਨੰਬਰ ਆ ਚੁੱਕੀ ਹੈ 3 ਮਾਸ਼ਾਅੱਲਾ ਕਲੋਜ਼ ਅਪ ਜਾਨਵਰ ਕਲੋਜ਼ ਅਪ ਡਰਾਈ ਪ੍ਰੈਗਨੈਂਟ ਬਲੋਚ ਸਾਹਿਬ ਕੋਲ ਹਰ ਤਰ੍ਹਾਂ ਦਾ ਜਾਨਵਰ 24 ਘੰਟੇ ਦਸਤਿਆਬ ਹੈ ਔਰ ਅੱਜ ਇਸ ਲਾਰਡ ਦੇ ਅੰਦਰ ਬੜੇ ਬੜੇ ਪਿਆਰੇ ਹੀਰੇ ਵਿਖਾਣੇ ਨੇ ਇਸ ਤੋਂ ਬਾਅਦ ਇੱਕ ਪੈਕੇਜ ਵੀ ਹੈ ਮੈਂ ਪਹਿਲੀ ਬੈੜਾ ਨੂੰ ਪਿੱਛੋਂ ਜਾ ਕੇ ਵਿਖਾ ਦਿਆਂ ਤਾਂ ਕਿ ਬਲੋਚ ਸਾਹਿਬ ਮੈਨੂੰ ਫਿਰ ਕਵਨ ਕਿ ਜਾਨੀ ਪਿੱਛੋਂ ਵਿਖਾ ਦੇ ਬੈੜਾ ਮੈਂ ਇੱਕ ਵਾਰੀ ਆਏ ਬਲੋਚ ਪਹਿਲੀ ਬੈੜ ਤੇ ਕੈਮਰਾ ਰੋਕ ਗਈ ਕਿਉਂ ਰੋਕਿਆ ਬਲਾ ਚੰਗੀ ਸ਼ਾਇਦ ਚੰਗੀ ਸ਼ੈ ਮਾਸ਼ਾਅੱਲਾ ਸੋਹਣੀ ਗੱਲ ਕੀਤੀ ਆ ਕਿੰਨੇ ਮਹੀਨੇ ਦੀ ਹੈ 3 ਮਹੀਨੇ ਦੀ ਫਸਟ ਲੈਕਟੇਸ਼ਨ ਦੋਸਤੋ ਜੀ ਕੱਚੀ ਖੀਰੀ 3 ਮਹੀਨੇ ਦੀ ਪ੍ਰੈਗਨੈਂਟ ਫਸਟ ਲੈਕਟੇਸ਼ਨ ਅੱਗੇ ਚਲੋ ਜੀ ਅੱਜ ਤਾਂ ਬਲੋਚ ਕੋਲ ਕਲੋਜ਼ ਅਪ 'ਚ ਵੀ ਜਾਨਵਰ ਚੰਗੇ ਖਲੋਤੇ ਨੇ ਵੇਖੋ ਜੀ ਤੁਹਾਡੇ ਸਾਹਮਣੇ ਸਿਲੈਕਸ਼ਨ ਹੁੰਦੀ ਹੈ ਕੋਈ ਬਾਈ ਦੋਸਤ ਨੂੰ ਕੋਈ ਡਾਊਟ ਹੋਵੇ ਮੌਕੇ 'ਤੇ ਆ ਜਾਵੇ ਆਪਣਾ ਡਾਕਟਰ ਨਾਲ ਲਿਆਵੇ ਇਹ ਲਾਏ ਪੈਣਾ ਸਟਾਰਟ ਹੋ ਚੁੱਕੀ ਹੈ ਵੈਣਾ ਇੱਥੇ ਹਰ ਤਰ੍ਹਾਂ ਦੀਆਂ ਆਉਂਦੀਆਂ ਨੇ ਕੋਈ ਤਿੱਲੜ ਹੋਵੇ ਤੁਹਾਡਾ ਪੈਕੇਜ ਲੱਗ ਜਾਂਦਾ ਤੁਹਾਨੂੰ ਸਾਰਾ ਕੁਝ ਦੱਸੀਦਾ ਕੋਈ ਓਹਲਾ ਨਹੀਂ ਰੱਖੀਦਾ ਕਿ ਯਾਰ ਇਹ ਨਹੀਂ ਇਹ ਨਹੀਂ ਇਹ ਨਹੀਂ ਬਾਕੀ ਜਦੋਂ ਤੁਸੀਂ ਖੁਦ ਆ ਜਾਣਾ ਬੱਟੀ ਡੇਰੀ ਫਾਰਮ ਦੇ ਉੱਤੇ ਇੱਥੇ 100 ਜਾਨਵਰ ਖਲੋਤਾ ਜਿਹੜੀ ਦਿਲ ਮੰਨੇ ਜਿਹੜੀ ਮੁਤਮਿਨ ਹੋਵੋ ਜਿਹਦੇ ਤੇ ਜਿਹਦੀ ਚੁਆਈ ਪੂਰੀ ਹੋ ਜਾਵੇ ਉਹ ਲੈ ਸਕਦੇ ਹੋ ਹੀਫਰ ਗੱਬਣ ਵੀ ਮੌਜੂਦ ਹੈ ਇਸ ਲਈ ਮੈਂ ਕਿਹਾ ਸੀ ਕਨਫਰਮ ਪ੍ਰੈਗਨੈਂਟ ਵੀ ਮੌਜੂਦ ਨੇ ਇਸ ਤਰ੍ਹਾਂ ਬਲੋਚ ਸਾਹਿਬ ਜੀ ਕਲੋਜ਼ ਅਪ ਦੇ ਰੇਟ ਅੱਜ ਕੱਲ੍ਹ ਮਾਰਕੀਟ ਦੇ ਵਿੱਚ ਸਰਦੀ ਦਾ ਮੌਸਮ ਆ ਰਿਹਾ ਜੀ ਇੰਪੋਰਟੈਂਟ ਦਾ ਸੀਜ਼ਨ ਸੀਜ਼ਨ ਨਹੀਂ ਫਰੀ ਦੇ ਰਿਹਾ ਸੀਜ਼ਨ ਸਟਾਰਟ ਹੋ ਗਿਆ ਜੀ ਅਸੀਂ ਅਜੇ ਇਹਨਾਂ ਨਾਲ ਆ ਦਈਏ ਕਿ ਜਲਦੇ ਮਿਲਦੇ ਰੇਟ ਕਰਦੇ ਕੀ ਕਰੀਏ ਉਹ ਜਿਵੇਂ ਲਾਈਆਂ ਨੇ ਇਹਦੇ ਨਾਲ ਤਾਂ ਫਿਰ ਮਾਸ਼ਾਅੱਲਾ ਟਾਈਮ ਵੀ ਲੈਂਦੀਆਂ ਨਾ ਬੱਚਾ ਜਾਂਦਾ ਕਿੱਥੇ ਜਾਵਣਾ ਉੱਥੇ ਟਾਈਮ ਵੀ ਤਾਂ 3 ਮਹੀਨੇ ਸਾਹਮਣੀਆਂ ਜਾਂਦਾ ਸਾਲ ਹੀ ਜਾਂਦਾ ਉਹਨਾਂ ਨੇ ਜਾਨਿਆ ਦੁੱਧ ਤੇ ਹੋਣਾ 28-30 ਲੀਟਰ ਇਹਨਾਂ ਨੂੰ 3 ਤਰ੍ਹਾਂ ਦੇ ਬਾਈ ਜਾਨਵਰ ਐਸੇ ਹੀ ਨੇ 15 ਬਾਲ ਬੱਚਾ ਦੇ ਸਕਣਾ ਕੁਝ ਹੈ ਨਾ ਕੁਝ ਹੈ ਨਾ ਕੁਝ ਹੈ ਆ ਯਾਰ ਜਾਨੀ 6,40,000 ਦਾ ਪੁੱਠਾ ਲੈ ਨਹੀਂ ਫਾਈਨਲ ਲਾ 3 ਲਾ ਦੇ ਇੱਕ ਗੱਲ ਕਰ ਓਪਨ ਓਪਨ ਸਿਲੈਕਸ਼ਨ 6 ਲੱਖ 6 ਲੱਖ 30,000 ਦਾ ਪੰਜੀ ਲਾਈਏ
ਮਾਸ਼ਾਅੱਲਾ ਦਾ ਕਮੀ ਜ਼ਰੂਰ ਕਰਿਓ। ਇਹ ਉਹ ਜਾਨਵਰ ਨੇ ਜਿਹੜੇ ਭਰਾ ਦੋਸਤ ਮੰਗਦੇ ਨੇ ਨਾ, ਜਾਨੀ ਬਾਈ ਪੈਕੇਜ ਕੀ ਯਾਰ, ਇੱਥੇ ਬੱਟੀ ਦੇ ਤੇ ਪੈਕੇਜ ਲੱਗਦਾ ਯੰਗ ਚੀਜ਼ਾਂ ਦਾ, ਕੋਈ ਇਹ ਨਹੀਂ ਕਿ ਗਾਂ ਕਸਾਈਆਂ ਲਈ ਹੋਵੇ, ਕਸਾਬੀ ਹੋਵੇ ਤਾਂ ਉਹਦਾ ਪੈਕੇਜ ਲਾ ਕੇ ਵੇਚ ਦਿੱਤਾ। ਯੰਗ ਵੱਛੀ ਤਿੱਲੜੀ ਥਾਣ ਕਿਹੜਾ ਕੋਈ ਅਗਲਾ ਥਾਣ ਦੋਈ ਸਾਈਡ ਦਾ ਕੋਈ ਨੀ, ਥਾਣ ਮੁੱਠ ਭਰ ਬਣਾ ਗਈ ਹੈ। ਔਰ ਖੀਰੀ ਦੁੰਦੀ ਚੋਗੀ ਬੱਟੀ ਡੇਰੀ ਫਾਰਮ, ਅੱਛੀ ਤੋਂ ਅੱਛੀ ਬਲੱਡ ਲਾਈਨ ਲੈ ਕੇ ਆਉਣਾ, ਇਹ ਜੈਨੇਟਿਕ ਨੇ ਓਰੀਜਨਲ। ਇਸ ਬੱਚੀ ਦੇ ਕੋਲ 20 ਲੀਟਰ ਦੀ ਚੁਆਈ ਤਿੱਲੜ ਕੋਲ, ਪੈਕੇਜ ਕੀ ਹੈ ਯਾਰ? ਵੱਛੀ ਤਾਂ ਮੇਰੀ ਬਹੁਤ ਢੇਰ ਸਾਰੇ ਪੈਸੇ ਲੱਗੇ ਆ। ਪੈਕੇਜ ਤੋਂ ਮਰਾਦ ਹੁੰਦਾ ਪੈਕੇਜ ਲਾਉਣਾ। ਹੁਣ ਫਸਟ ਟਾਈਮਰ ਦੇ ਨਾਲ ਜੇ ਕਿੰਨੇ ਨਹੀਂ ਲਾਈਆਂ ਨੇ? ਉਹ ਤੇ ਫਸਟ ਟਾਈਮ ਰਾਂ ਨਾ, ਉਹ ਤੇ ਪੂਰੀਆਂ ਕਿੰਨੇ ਨਹੀਂ ਲਾਈਆਂ ਨੇ? ਦੋ ਦੁਨਾ ਕੋਲ ਕਿਤਨਾ ਹੈ? ਉਹ ਲਾਈਆਂ 5 ਲੱਖ ਤੇ ਸਾਢੇ 5 ਲੱਖ ਸਾਢੇ 5 ਲੱਖ ਇਹ ਲਾ ਦੇ, ਸਾਢੇ 4 ਦੇ ਲੱਖ ਰੁਪਏ ਉਡਾ ਦੇ ਥਾਣੇ ਕੋਈ ਨਹੀਂ। ਲੋ ਜੀ, ਲੱਖ ਰੁਪਏ ਦਾ ਪੈਕੇਜ ਲੱਗ ਗਿਆ ਜੇ ਬਲੋਚ ਨੇ ਲਾ ਦਿੱਤਾ 4.5 ਲੱਖ ਨੂੰ 20 ਲੀਟਰ ਦੀ ਚੁਆਈ ਨਾਲ ਇੱਕ ਥਾਣੇ ਕੋਈ ਤਿੱਲੜ। ਇਹ ਸਿਆਈ ਦਾ ਖੂਬਸੂਰਤ ਪੈਕੇਜ। ਵੀਡੀਓ ਕਿਵੇਂ ਦੀ ਲੱਗੀ ਕਮੈਂਟ ਵਿੱਚ ਜ਼ਰੂਰ ਦੱਸਿਓ। ਦੋਵੇਂ ਯਾਦ ਰੱਖਿਓ, ਅੱਲਾ ਹਾਫਿਜ਼ ਜੀ। ਪਾਕਿਸਤਾਨ ਜ਼ਿੰਦਾਬਾਦ।